ਹਾਂਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਇਹ ਸਰਕਾਰੀ ਜਿਹੜੇ ਮੁਲਾਜ਼ਮੇ ਅਤੇ ਆਪ ਚੋਰ ਵਾ ਅਤੇ ਪਹਿਲਾਂ ਸਾਡੇ ਕੋਲ ਕਿਰਾਏ ਖਾ ਗਏ ਆ ਉਹਨਾਂ ਨੂੰ ਵੀ ਖਿਲਾਰੋ ਉਹਨਾਂ ਨੂੰ ਵੀ ਸਾਹਮਣੇ ਲਿਆ ਕੇ ਫੜੋ ਕਿ ਹਾਂ ਤੁਸੀਂ 2 ਨੰਬਰ ਚ ਕਿਰਾਇਆ ਕਿੱਦਾਂ ਖਾ ਰਹੇ ਪੁੱਛਿਆ ਨਹੀਂ ਦੱਸਿਆ ਨਹੀਂ ਸਮਾਨ ਕੱਢ ਕੱਢ ਕੇ ਬਾਹਰ ਸੁੱਟੀ ਜਾਂਦੇ ਆ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਅੱਜ ਵੱਡੀ ਕਾਰਵਾਈ ਕਰਦੇ ਹੋਏ ਮਾਲ ਮੰਡੀ ਵਿੱਚ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਫਲੈਟਾਂ ਨੂੰ ਖਾਲੀ ਕਰਵਾਇਆ ਗਿਆ ਹਾਲਾਂਕਿ ਇਸ ਦੌਰਾਨ ਫਲੈਟਾਂ ਵਿੱਚ ਰਹਿ ਰਹੇ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਸ ਦਾ ਵਿਰੋਧ ਵੀ ਕੀਤਾ ਪੀੜਤਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਇਹਨਾਂ ਫਲੈਟਾਂ ਵਿੱਚ ਕਿਰਾਏ ਭਰ ਕੇ ਰਹਿ ਰਹੇ ਨੇ ਅਤੇ ਅੱਜ ਬਿਨਾਂ ਦੱਸਿਆ ਅਚਾਨਕ ਹੀ ਟਰੱਸਟ ਵੱਲੋਂ ਘਰ ਖਾਲੀ ਕਰਵਾਏ ਜਾ ਰਹੇ ਨੇ ਪੀੜਤਾਂ ਨੇ ਕਿਹਾ ਕਿ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਇਸ ਦੌਰਾਨ ਮੌਕੇ ਤੇ ਮੌਜੂਦ ਕੁਝ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਦੇ ਫਲੈਟ ਦਾ ਮਾਲਕ ਕੌਣ ਹੈ ਸਾਡੇ ਕੋਲ ਕਿਰਾਏ ਖਾ ਗਏ ਆ ਕਿੰਨਾ ਕਿਰਾਇਆ ਖਾਦਾ ਜੀ ਹਾਂਜੀ ਮਾਲਕਾਂ ਨੇ ਕੋਈ ਇਹ ਸਰਕਾਰੀ ਜਿਹੜੇ ਮੁਲਾਜ਼ਮੇ ਤੇ ਆਪ ਚੋਰ ਵਾ ਇਹਨਾਂ ਲੋਕਾਂ ਪਿੰਡਾਂ 'ਚ ਜਗ੍ਹਾ ਨਾ ਦੇਤੀ ਸਾਨੂੰ ਲਾਊਟ ਹੀ ਕਰ ਦੇਣਾ ਸਾਨੂੰ 2000 ਜਿਹੜਾ ਲਾਉਣਾ 2000 ਰੁਪਇਆ ਸਾਨੂੰ ਲਾਊਟ ਹੀ ਕਰ ਦੇਣਾ ਸਾਨੂੰ ਅਸੀਂ ਆਪਣੇ ਬਣਾ ਦੇਣਾ ਅਸੀਂ ਮੀਟਰ ਲਵਾਈਏ ਅਸੀਂ ਆਪਣੇ ਘਰ ਬਣਾ ਕੇ ਬਹਿ ਜਾਈਏ ਕਾਰਨੇ ਕਿ ਪੁੱਛਿਆ ਨਹੀਂ ਦੱਸਿਆ ਨਹੀਂ ਸਮਾਨ ਕੱਢ ਕੱਢ ਕੇ ਬਾਹਰ ਸੁੱਟੀ ਜਾਂਦੇ ਆ ਸਾਨੂੰ ਮੰਗ ਕਰਦੇ ਜਿਹੜੇ ਫਲੈਟ ਹੈ ਸਾਨੂੰ ਲਾਊਟ ਕਰਦੇ ਫਲੈਟਾਂ ਦੇ ਵਿੱਚ ਰਹਿੰਦੇ ਸੀ ਸਾਡੇ ਛੋਟੇ ਛੋਟੇ ਬੱਚੇ ਸਾਡਾ ਇਹਨਾਂ ਨੇ ਆਣ ਕੇ ਸਮਾਨ ਤੋੜ ਦਿੱਤਾ ਲੱਕੀ ਸਾਰਾ ਤੀਜੀ ਤੀਜੀ ਮੰਜ਼ਿਲ ਤੋਂ ਸਾਡਾ ਸੁੱਟਤਾ ਪ੍ਰੈਗਨੈਂਟ ਜਨਾਨੀਆਂ ਛੋਟੇ 2-2 ਮਹੀਨਿਆਂ ਦੇ ਬੱਚੇ ਇਹਨਾਂ ਨੇ ਫੁੱਟਪਾਥ ਤੇ ਸੁੱਟ ਦਿੱਤੇ ਅਸੀਂ ਇਹਨਾਂ ਕੋਈ ਵੀ ਇਹਨਾਂ ਨੇ ਸਾਨੂੰ ਕੋਈ ਫੋਲੋ ਨਹੀਂ ਕੀਤਾ ਜਾਂ ਪਹਿਲਾਂ ਕੋਈ ਸਾਨੂੰ ਦੱਸਿਆ ਹੋਵੇ ਕਿ ਅਸੀਂ ਪਹਿਲਾਂ ਆਪਣਾ ਅਰੇਂਜਮੈਂਟ ਕਰ ਲਈਏ ਉਹਨਾਂ ਨੇ ਕਿਹਾ ਵੀ ਨੋਟਿਸ ਦਿੱਤਾ 2 ਸਾਲ ਹੋ ਗਏ ਕੋਈ ਨਹੀਂ ਸਾਨੂੰ ਨੋਟਿਸ ਆਇਆ ਕੋਈ ਕੁਝ ਨਹੀਂ ਆਇਆ ਸਾਡੇ ਬਸ ਹੁਣ ਇਹਨਾਂ ਨੇ ਐਟ ਐਂਡ ਟਾਈਮ ਸਵੇਰ ਤੋਂ ਲੈ ਕੇ ਸ਼ਾਮ ਇਹਨਾਂ ਨੇ ਸਾਡੇ ਸਾਹ ਵਿੱਚ ਸਾਰਾ ਸਮਾਨ ਤੋੜਦਾ ਜਿਹੜੀਆਂ ਜਨਾਨੀਆਂ ਭਾਂਡੇ ਮਾਂਜ ਮਾਂਜ ਕੇ ਜਿਨ੍ਹਾਂ ਨੇ ਕਿਸ਼ਤਾਂ ਨਹੀਂ ਤੋੜੀਆਂ ਦਿੱਤੀਆਂ ਹੋਈਆਂ ਪੂਰੀਆਂ ਉਹਨਾਂ ਦੇ ਸਮਾਨ ਤੋੜਤੇ ਉਹ ਰੋ ਰਹੀਆਂ ਛੋਟੇ ਛੋਟੇ ਬੱਚੇ ਜਿਨ੍ਹਾਂ ਦਾ ਮਾਲਕ ਮਕਾਨ ਕੌਣ ਹੈ ਜੀ ਸਾਡਾ ਮਾਲਕ ਮਕਾਨ ਇੱਥੋਂ ਦਾ ਨਹੀਂ ਮੋਗੇ ਦਾ ਜੀ ਹਾਂ ਤੇ ਉਹਨੂੰ ਕਿਰਾਇਆ ਦਿੰਦੇ ਹਾਂਜੀ ਕਿਰਾਏ ਤੇ ਦਿੰਦੇ ਕਿੰਨਾ ਕਿਰਾਇਆ ਦਿੰਦਾ ਹੈ ਅਸੀਂ 2000 ਰੁਪਇਆ ਕਿਰਾਏ ਦਿੰਦੇ ਗੱਲ ਹੋਈ ਹੁਣ ਕੁਛ ਵੀ ਨਹੀਂ ਇਹਨਾਂ ਦੇ ਨਾਲ ਕੋਈ ਸੁਣਿਆ ਗਿਣਿਆ ਨਹੀਂ ਇਹਨਾਂ ਨੇ ਸਾਡਾ ਵੀ ਸਮਾਨ ਚੁੱਕ ਕੇ ਬਾਹਰ ਸੁੱਟਤਾ ਸਾਨੂੰ ਨਹੀਂ ਪਤਾ ਕਿਹੜੇ ਆਏ ਕਿੱਥੋਂ ਆਏ ਕਿੱਦਾਂ ਨਹੀਂ ਇਹਨਾਂ ਨੇ ਸਾਡੇ ਕੋਈ ਪੁੱਛਿਆ ਨਹੀਂ ਮੇਨ ਮੰਗੀ ਤੁਹਾਡੀ ਸਾਡੀ ਮੰਗ ਹੈ ਸਾਨੂੰ ਛੱਤ ਦੇ ਬਦਲੇ ਛੱਤ ਦਿੱਤੀ ਜਾਵੇ ਇੱਥੇ ਤੁਹਾਨੂੰ ਦੱਸ ਦਈਏ ਕਿ ਘਰਾਂ ਤੋਂ ਬੇਘਰ ਹੋਣ ਤੋਂ ਬਾਅਦ ਵਿੱਚ ਲੋਕਾਂ ਨੇ ਜਾ ਕੇ ਰੇਲਵੇ ਟਰੈਕ ਤੇ ਧਰਨਾ ਲਗਾ ਦਿੱਤਾ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪ੍ਰਸ਼ਾਸਨ ਉੱਥੇ ਪਹੁੰਚਿਆ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਹੁਣ ਇਹਨਾਂ ਲੋਕਾਂ ਨਾਲ ਕੀ ਇਨਸਾਫ ਕੀਤਾ ਜਾਂਦਾ ਹੈ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼